ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਦੇਖਦੇ ਪਏ ਹੋ ਸਾਡਾ ਦੇਸ਼ ਐਨੀਮਲ ਟੀਵੀ, ਸੱਚ ਐਨੀਮਲ ਟੀਵੀ, ਔਰ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਾਜ਼ਮ। ਜਿੱਦਾਂ ਕਿ ਮੈਂ ਵੀਰਾਂ ਲਈ ਕੋਸ਼ਿਸ਼ ਕਰਨਾ ਹਰ ਰੋਜ਼ ਬਿਹਤਰੀਨ ਔਰ ਅੱਛੀ ਵੀਡੀਓ ਲੈ ਕੇ ਹਾਜ਼ਰ ਹੋਵਾਂ, ਇਸੇ ਤਰੀਕੇ ਅੱਜ ਮਾਸ਼ਾਅੱਲਾ ਭਾਈ ਸਲਾਮ ਕੋਲ ਆਇਆ। ਬੜਾ ਪਿਆਰਾ ਜਾਨਵਰ ਹੈ ਔਰ ਬੜਾ ਹੀ ਲਾਜਵਾਬ ਜਾਨਵਰ ਦੋਸਤਾਂ ਵੀਰਾਂ ਵਾਸਤੇ ਲੈ ਕੇ ਹਾਜ਼ਰ ਹੋਇਆ। ਹਜੇ ਗੱਬਾ ਨੇ ਦੋਸਤੋ, ਅਗਰ ਵੀਡੀਓ ਪਸੰਦ ਆਵੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਨਹੀਂ ਦੋਸਤੋ ਭੁੱਲਣਾ। ਔਰ ਮੈਂ ਆਪਣੇ ਵੀਰਾਂ ਦੋਸਤਾਂ ਨੂੰ ਤਸੱਲੀ ਕਰਾਵਾਂਗਾ, ਮੇਰੇ ਵੀਰ ਵੇਖਣ ਮਾਸ਼ਾਅੱਲਾ ਸਿਰੋ ਰਿਜਨਲ ਮੋਨੀ ਹੈ ਦੋਸਤੋ, ਕੋਈ ਮੋਨੀ ਕੀਤੀ ਨਹੀਂ ਹੋਈ ਮਾਸ਼ਾਅੱਲਾ, ਸਿਰੋ ਰਿਜਨਲ ਮੋਨੀ ਮਾਸ਼ਾਅੱਲਾ ਨਿੱਕਾ ਨਿੱਕਾ ਕੰਨ ਰੱਖਿਆ ਔਰ ਇਹ ਮੇਰੇ ਵੀਰਾਂ ਦੋਸਤਾਂ ਤਸੱਲੀਆਂ ਕਰ ਲੈਣੀਆਂ ਨੇ। ਬੜਾ ਪਿਆਰਾ ਜਾਨਵਰ ਔਰ ਬੜਾ ਲਾਜਵਾਬ ਜਾਨਵਰ, ਬੜਾ ਕੱਦ ਕਾਠ, ਬੜੀ ਲਾਮ, ਔਰ ਅੱਗੋਂ ਮੇਰੇ ਵੀਰ ਵੇਖ ਲੈਣ ਧੁੰਨੀ ਨਾਲ ਲਾਈ ਖੜੇ ਨੇ, ਇਹ ਮੇਰੇ ਵੀਰ ਵਾਜਾ ਵੇਖ ਲੈਣ ਮਾਸ਼ਾਅੱਲਾ, ਅੱਗੋਂ ਧੁੰਨੀ ਨਾਲ ਲਾਈ ਖੜੀਏ ਔਰ ਗਿੱਠ ਗਿਰਦੇ ਬਿੱਲਾਂ ਦੇ ਥਾਨੇ ਕਰਮਾਰੀ ਦੇ ਔਰ ਪੱਟਾ ਚੋ ਮਾਸ਼ਾਅੱਲਾ ਪੂਰੀ ਗਿੱਠ ਗਿੱਠ ਬਾਹਰ ਨਿਕਲੀ ਫਿਰਦੀ, ਪੂਰੀ ਗਿੱਠ ਗਿੱਠ ਪੱਟਾ ਚੋ ਬਾਹਰ ਨਿਕਲੀ ਫਿਰਦੀ ਏ। ਇਹ ਮੇਰੇ ਵੀਰ ਦੋਸਤ ਸਲੀਆਂ ਕਰ ਲੈਣ ਗੱਲਾਂ ਨਾਲ ਨਹੀਂ, ਰਿਜਨਲ ਥੱਬਿਆਂ ਦਾ ਆਰਡਰ ਕੁਆਲਿਟੀ ਕਰਮ ਵਾਲੀ ਕੋਲ ਮਾਸ਼ਾਅੱਲਾ। ਇਹ ਮੇਰੇ ਵੀਰ ਲਾਮ ਵੇਖ ਲੈਣ, ਕੱਦ ਕਾਠ ਵੇਖ ਲੈਣ, ਭਾਈ ਸਲਾਮ ਛੱਡ ਕੇ ਟੋਰੀ ਔਰ ਵੀਰਾਂ ਦੋਸਤਾਂ ਨੂੰ ਤਸੱਲੀਆਂ ਕਰਾ ਦਈਏ। ਮਾਸ਼ਾਅੱਲਾ ਮਾਸ਼ਾਅੱਲਾ ਦੇ ਅੱਜ ਕੰਪਿਊਟਰ ਵਾਲੇ ਚਾਹੀਦੇ ਨੇ ਦੋਸਤੋ, ਬੜਾ ਲਾਜਵਾਬ ਜਾਨਵਰ ਮਾਸ਼ਾਅੱਲਾ। ਇਹ ਮੇਰੇ ਵੀਰ ਆਰਡਰ ਕੁਆਲਿਟੀ ਵੇਖ ਲੈਣ ਮਾਸ਼ਾਅੱਲਾ ਮਾਸ਼ਾਅੱਲਾ, ਕਰਮ ਵਾਲੀ ਕੋਲੋਂ ਆਰਡਰ ਕੁਆਲਿਟੀ ਲੈ ਕੇ ਤੁਰਿਆ ਨਹੀਂ ਜਾਂਦਾ ਪਿਆ ਮਾਸ਼ਾਅੱਲਾ, ਇੰਨਾ ਆਰਡਰ ਕੁਆਲਿਟੀ ਏ। ਹਜੇ ਵੀ ਦਿਨ ਲੈਂਦੀ ਏ, ਕਿੰਨੇ ਦਿਨ ਕੱਢਦੀ ਏ, ਹਰ ਗੱਲਬਾਤ ਮਾਲਕਾਂ ਦੇ ਬਕੋਲ ਹੋ ਜਾਏਗੀ ਔਰ ਫਾਣਾ ਵਾਲਾ ਹਮਾਨਾ ਦੋਸਤੋ ਮਾਸ਼ਾਅੱਲਾ, ਪੂਰੇ ਗਿੱਠ ਗਿੱਠ ਦੇ ਬਿੱਲਾਂ 'ਤੇ ਥਣ ਨੇ। ਲਿਆਓ ਜੀ ਥੋੜ੍ਹਾ ਟੋਰੋ ਕਰਮ ਵਾਲੀ ਨੂੰ ਮਾਸ਼ਾਅੱਲਾ, ਪਿਓਰ ਚੋਲਸਤਾਨੀ ਅਤੇ ਫਰੀਜ਼ੀਅਨ ਦਾ ਕਰਾਸ ਹੈ ਦੋਸਤੋ ਮਾਸ਼ਾਅੱਲਾ, ਬੜਾ ਲਾਜਵਾਬ ਜਾਨਵਰ ਹੈ। ਖੁੱਲ੍ਹ ਕੇ ਥੋੜ੍ਹਾ ਬਾਹਰ ਕੱਢ ਲੈ, ਖੁੱਲ੍ਹ ਕੇ ਟੋਰ। ਇਹ ਮੇਰਾ ਵੀਰਾਂ ਦੋਸਤਾਂ ਨੇ ਤਸੱਲੀਆਂ ਕਰ ਲੈਣੇ ਨੇ ਦੋਸਤੋ ਮਾਸ਼ਾਅੱਲਾ ਮਾਸ਼ਾਅੱਲਾ। ਮੇਰੇ ਵੀਰ ਲਾਮਾ ਵੇਖ ਲੈਣ, ਕੱਦ ਕਾਠ ਵੇਖ ਲੈਣ, ਚੰਗੀ ਲਾਮ, ਚੰਗਾ ਕੱਦ ਕਾਠ, ਇਹ ਮੇਰੇ ਵੀਰ ਵੇਖ ਲੈਣ ਵਾਜ਼ਿਆ ਮਾਸ਼ਾਅੱਲਾ, ਨਿੱਕੇ ਨਿੱਕੇ ਕੰਨ ਕਰਮਾਲੀ ਦੇ ਔਰ ਮਾਸ਼ਾਅੱਲਾ ਬੜਾ ਕੱਦ ਕਾਠ, ਬੜੀ ਲਾਮ, ਬੜਾ ਸੋਹਣਾ ਸੁਥਰਾ ਜਾਨਵਰ ਹੈ ਔਰ ਮੁੱਠ ਮੁੱਠ ਦਾ ਥਾਣੇ ਪੂਰੇ ਗਿੱਠ ਗਿੱਠ ਦੇ ਬਿਰਲਾਂ 'ਤੇ ਔਰ ਆਰਡਰ ਕੁਆਲਿਟੀ ਇੰਨਾ ਕਿ ਕਰਮਾਲੀ ਲੱਤਾਂ ਖਿਲਾਰ ਖਿਲਾਰ ਰੱਖੀ ਫਿਰਦੀ ਹੈ, ਹਵਾਨਾ ਲੈ ਕੇ ਤੁਰਿਆ ਨਹੀਂ ਜਾਂਦਾ ਪਿਆ ਮਾਸ਼ਾਅੱਲਾ ਮਾਸ਼ਾਅੱਲਾ। ਇਹ ਮੇਰੇ ਵੀਰ ਵਾਜ਼ਾ ਵੇਖ ਲੈਣ, ਬਾਕੀ ਦੋਸਤੋ ਇਹ ਗੱਬਣ ਹੈ, ਕਿੰਨੇ ਦਿਨ ਕੱਢ ਦਈਏ, ਹਰ ਗੱਲ ਦੀ ਤਸੱਲੀ ਕਰਾਵਾਂਗਾ ਦੋਸਤਾਂ ਵੀਰਾਂ ਨੂੰ ਔਰ ਮੇਰੇ ਵੀਰਾਂ ਦੋਸਤਾਂ ਨੇ ਕਰਨੀਆਂ ਵੀ ਨੇ, ਪਿੱਛੇ ਚਮੜਾ ਛੇਕ ਕੇ ਵਹਾ, ਅਜੇ ਮਾਸ਼ਾਅੱਲਾ ਨੇ ਇੰਨਾ ਹੋਰ ਬਣਨਾ ਭਾਈ ਕਹਿੰਦਾ ਪਿਆ, ਵੇਖ ਲੈ ਮੇਰੇ ਵੀਰ ਬਿਲਕੁਲ ਕੱਚੀ ਪਈ ਅਜੇ ਦੋਸਤੋ। ਇਹ ਮੇਰੇ ਵੀਰ ਵੇਖ ਲੈ, ਬਾਕੀ ਜਿਹੜੀ ਗੱਲਬਾਤ ਹੈ ਉਹ ਮਾਲਕ ਨਾਲ ਕਰ ਲੈਂਦੇ ਹਾਂ ਔਰ ਇਹ ਮੇਰੇ ਵੀਰ ਵੇਖ ਲੈ, ਪਿਓਰ ਚੋਲਸਤਾਨੀ ਅਤੇ ਫਰੀਜ਼ੀਅਨ ਦਾ ਕਰਾਸ ਹੈ, ਆ ਜਾਓ ਭਾਈ ਜਾਨ ਮਾਸ਼ਾਅੱਲਾ ਪੂਰੇ ਮੁੱਠ ਮੁੱਠ ਦਾ ਥਾਣੇ ਦੋਸਤ, ਆ ਜਾਓ ਜੀ, ਆ ਜਾਓ ਭਾਈ ਸਲਾਮ ਜੀ ਭਾਈ, ਮਾਸ਼ਾਅੱਲਾ ਮਾਸ਼ਾਅੱਲਾ ਸੌਸੀਲ ਬੜੀ ਮਾਸ਼ਾਅੱਲਾ। ਲੈ ਇਹ ਮੇਰੇ ਵੀਰ ਦੋਸਤ ਸੀਲ ਤਾਂ ਵੇਖ ਲੈਣ ਕਰਮ ਵਾਲੀ ਦੀਆਂ, ਆ ਪਕੜਿਆ ਜੀ, ਆ ਜਾਓ ਭਾਈ ਸਲਾਮ, ਅਸਲਾਮੁ ਅਲੈਕਮ ਜੀ, ਜੀ ਭਾਈ ਜਾਨ ਕੀ ਹਾਲ ਜੀ, ਖੈਰ ਸ਼ੁਕਰ ਅੱਲਾਹ, ਭਾਈ ਜਾਨ ਆਪਣਾ ਨਾਮ ਇੱਕ ਦਫਾ ਦੱਸ ਦਿਓ। ਮੁਹੰਮਦ ਅਸਲਾਮ ਜੀ, ਮੁਹੰਮਦ ਅਸਲਾਮ, ਭਾਈ ਸਲਾਮ ਇਹ ਦੱਸਣਾ ਕਿ ਵੈੜੀ ਆਪਾਂ ਕਰ ਦਈਏ ਜਾਂ ਵਪਾਰ ਦੀ? ਨਹੀਂ ਭਾਜੀ ਵਪਾਰ ਕਰਨਾ ਹੈ, ਵਪਾਰ ਦੀ ਇੱਥੇ ਗੁਆਂਢ ਹੋਈ ਨਹੀਂ, ਪਿੰਡ ਹੋਈ ਜੀ, ਠੀਕ ਹੋ ਗਿਆ ਪਿੰਡ ਮਾਸ਼ਾਅੱਲਾ, ਛੋਲਟੀ ਵਾਲੀ ਪਿਛਲੇ ਸੂਏ ਚੋਈ ਪੀਤੀ ਹੋਈ ਭਾਜੀ, 38 ਸਿਰ ਦੁੱਧ ਕਰਦੀ ਮਾਸ਼ਾਅੱਲਾ, 38 ਸਿਰ ਮਾਸ਼ਾਅੱਲਾ, 30 ਸੂਆ ਸੋਣਾ ਜਨਮ ਹੈ। ਅੱਛਾ ਇੱਕ ਟਾਈਮ ਚੋਂਦਨੇ ਜਾਂ ਤਿੰਨ ਟਾਈਮ? ਤਿੰਨ ਟਾਈਮ ਪਾ ਚੁੰਦੀ ਗਾ, ਤਿੰਨ ਟਾਈਮ ਚੁੰਦੀ, ਠੀਕ ਹੋ ਗਿਆ। ਇਹ ਤਾਂ ਜੇ ਛੱਡੀਏ ਗਾਣੇ ਜਦੋਂ ਬਕਣਾ ਨਾ ਮਾਸ਼ਾਅੱਲਾ, ਬਹਿਣ ਉੱਠਣ ਤੰਗ, ਬਹਿਣ ਉੱਠਣ ਤੰਗ ਹੋ ਜਾਣਾ, ਠੀਕ ਹੋ ਗਿਆ। ਅੱਛਾ ਇਹ
ਜੈਨਮਨ ਤੀਸਰਾ ਸੂਬਾ ਭਾਅ ਜੀ, ਜੈਨਮਨ ਤੀਸਰਾ ਜੀ, ਬਿਲਕੁਲ ਠੀਕ ਹੋ ਗਿਆ ਜੀ। ਤੇ ਕਿੰਨੇ ਕੁ ਦਿਨ ਕੱਢ ਜਾਏਗੀ ਭਾਅ ਜੀ? ਦਿਨ ਤਕਰੀਬਨ ਹਫ਼ਤਾ ਹੀ ਕੱਢ ਜਾਏ, ਹਫ਼ਤਾ ਕੱਢ ਜਾਏ, ਪੰਜ ਸੱਤ ਦਿਨ ਹਫ਼ਤਾ ਇਹਨੇ ਕੱਢ ਜਾਏ, ਇੰਨੀ ਫਿਰ ਤਾਂ ਹਜੇ ਹੋਰ ਬਣ ਜਾਏਗੀ ਭਾਅ ਜੀ, ਇਹਦਾ ਕੁਛ ਵੀ ਨਹੀਂ, ਇੰਨੀ ਹੋਰ ਬਣਨੀ ਮਾਸ਼ਾਅੱਲਾ ਮਾਸ਼ਾਅੱਲਾ ਜੀ। ਭਾਈ ਸਲਾਮ, ਬਾਕੀ ਇਹਦੇ ਪਿੱਛੇ ਦੀ ਥਣਾਂ ਦੀ ਆਪਣੀ ਗਰੰਟੀ? ਹਰ ਤਰ੍ਹਾਂ ਦੀ ਭਾਅ ਜੀ ਗਰੰਟੀ, ਤਸੱਲੀ ਕਰ ਤੇ ਭਾਵੇਂ ਕੋਈ ਲੈ ਜਾਵੇ, ਚੋ ਤੇ ਲੈ ਜਾਵੇ। ਠੀਕ ਹੋ ਗਿਆ, ਆਪਣਾ ਕੋਈ ਬਿਆਨਾ ਕਰ ਦੇਵੇ, ਚੋ ਕੇ ਤਸੱਲੀ ਚੋ ਤੇ ਲੈ ਜਾਵੇ। ਠੀਕ ਹੋ ਗਿਆ ਜੀ ਜੀ। ਤੇ ਮੂੰਹ ਕਿਵੇਂ? ਮੂੰਹ ਭਾਅ ਪੂਰੀ ਹੈ ਜੀ, ਮੂੰਹ ਜਵਾਨ ਹੈ, ਜਵਾਨ ਹੈ। ਠੀਕ ਹੋ ਗਿਆ, ਇਹਦਾ ਰੇਟ ਕਰੋ ਪਿਆਰ ਨੂੰ ਬਤਾ ਭਾਅ ਜੀ। ਰੇਟ ਮੰਗਣ ਨੂੰ ਤਾਂ 8 ਲੱਖ ਮੰਗਣੇ ਆ, 7.5 ਵੀ ਮੰਗਣੇ ਆ। ਅੱਛਾ ਜੀ, ਬਾਕੀ ਆਪਾਂ ਇਹਦਾ ਰੇਟ ਨਹੀਂ ਕਰਨਾ, ਰੇਟ ਨਹੀਂ ਕਰਨਾ, ਫਾਈਨਲ ਦੇ ਦੇਣੀ 4.5 ਲੱਖ। 4.5 ਲੱਖ ਬਸ, ਇਹਦੇ 'ਚ ਕੋਈ ਮੁਹੱਬਤ ਆ? ਇਹਦੇ 'ਚ ਭਾਅ ਕੋਈ ਪਿਆਰ ਮੁਹੱਬਤ ਨਹੀਂ, ਸਾਰੀਆਂ ਪਿਆਰ ਮੁਹੱਬਤ ਕਰਤੇ। ਨਹੀਂ, ਆਇਆਂ ਵੀਰਾਂ ਦੀ ਕਦਰ, ਰੇਟ ਨਹੀਂ ਕੀਤਾ ਗਾਂ ਦਾ ਮਾਸ਼ਾਅੱਲਾ। ਨਹੀਂ, ਉਹ ਤਾਂ ਤੁਹਾਡੀ ਮਿਹਰਬਾਨੀ, ਲੇਕਿਨ ਆਇਆਂ ਵੀਰਾਂ ਦੀ ਕਦਰ ਤਾਂ ਹੋਵੇ, ਆਇਆਂ ਦੀ 2-4 ਹਜ਼ਾਰ ਦੀ ਕਰ ਦਿਆਂਗੇ ਜੀ, ਬੜੀ ਮਿਹਰਬਾਨੀ। ਇਹ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇਖ ਲਿਆ, 4.5 ਲੱਖ ਰੁਪਈਆ ਭਾਈ ਨੇ ਡਿਮਾਂਡ ਕੀਤੀ ਹੈ। ਇਹਦੇ 'ਚੋਂ ਵੀ ਇਨਸ਼ਾਅੱਲਾ ਜਿੰਨਾ ਹੋ ਸਕਿਆ ਵੀਰਾਂ ਭਰਾਵਾਂ ਨੂੰ ਕਮੀ ਪੇਸ਼ੀ ਕਰਾ ਕੇ ਦਿਆਂਗੇ। ਔਰ ਪਿਛਲੇ ਸੂਬੇ ਉਹਨਾਂ ਦੇ ਗੁਆਂਢ ਹੀ, ਉਹਨਾਂ ਨੇ ਚੋਈ ਪੀਤੀ ਹੋਈ ਹੈ, ਯਾਨੀ ਕਿ ਵੇਖੀ ਹੋਈ ਉਹਨਾਂ ਦੇ ਗੁਆਂਢ ਹੀ। ਔਰ ਮਾਸ਼ਾਅੱਲਾ ਦਾ 27-28 ਲੀਟਰ ਦੁੱਧ ਕਰਦੀ ਰਹੀ ਹੈ, ਹਜੇ ਉਹਦੇ ਦਿਨ ਪੈ ਨੇ 1 ਹਫ਼ਤਾ। ਅੱਲਾ ਮੇਰੇ ਦੇ ਹੁਕਮ ਨਾਲ ਕਹਿੰਦਾ ਇੰਨੀ ਹੋਰ ਬਣੇਗੀ, ਔਰ ਇਨਸ਼ਾਅੱਲਾ ਇਸ ਸੂਬੇ ਵੀ ਕਹਿੰਦਾ ਅੱਲਾ ਮੇਰੇ ਦੇ ਹੁਕਮ ਨਾਲ 27-28 ਲੀਟਰ ਦੁੱਧ ਆਰਾਮ ਨਾਲ ਕਰੇਗੀ। ਔਰ 4.5 ਲੱਖ 'ਚੋਂ ਵੀ ਜਿੰਨਾ ਹੋ ਸਕਿਆ ਵੀਰਾਂ ਭਰਾਵਾਂ ਨੂੰ ਕਮੀ ਪੇਸ਼ੀ ਕਰਾ ਕੇ ਦਿਆਂਗੇ। ਕਿਸੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ, ਕੋਈ ਵੀਰ ਭਰਾ ਖਰੀਦਣਾ ਚਾਹੁੰਦਾ ਹੋਵੇ, ਉਹ ਮੇਰਾ ਰਾਬਤਾ ਨੰਬਰ ਲੈ ਸਕਦਾ 0302-4029-695, 0302-4029-695। ਇਹੀ ਦੋਸਤ ਮੇਰਾ ਵਟਸਐਪ ਨੰਬਰ ਹੈ, ਇਹੀ ਦੋਸਤ ਮੇਰਾ ਰਾਬਤਾ ਨੰਬਰ ਹੈ। ਉਮੀਦ ਕਰਨਾ ਕਿ ਮੇਰਾ ਦੋਸਤਾਂ ਨੂੰ ਅੱਜ ਵੀਡੀਓ ਪਸੰਦ ਆਈ ਹੋਵੇਗੀ, ਔਰ ਮੈਂ ਵੀਰਾਂ ਨੂੰ ਇੱਕ ਦਫ਼ਾ ਫਿਰ ਦਿਖਾਉਂਦਾ ਜਾਵਾਂ, ਮੇਰੇ ਵੀਰ ਵੇਖ ਲੈਣ ਕਦ ਕਾਠ ਬੜਾ ਹੈ, ਲਾਮ ਬੜੀ ਹੈ, ਮਾਸ਼ਾਅੱਲਾ ਬੜਾ ਸੋਹਣਾ ਸੁਥਰਾ ਜਾਨਵਰ ਹੈ ਦੋਸਤੋ। ਜਿੰਨੀ ਵੀ ਤਾਰੀਫ ਕੀਤੀ ਜਾਵੇ ਉਨੀ ਕੰਮ ਹੈ, ਇਹਦੇ ਨਾਲ ਦੇ ਜਾਨਵਰਾਂ ਦੇ ਲੋਕ ਰੇਟ ਕੀਤੇ ਜਾਂਦੇ ਨੇ 8-8 ਲੱਖ ਰੁਪਈਆ, ਲੇਕਿਨ ਉਹ ਗੱਲਾਂ ਨਹੀਂ ਹੋਈਆਂ, ਬਿਲਕੁਲ ਮਕੂਲ ਰੇਟ ਕਰਾਇਆ ਦੋਸਤਾਂ ਵੀਰਾਂ ਵਾਸਤੇ। ਔਰ ਅਗਰ ਵੀਡੀਓ ਪਸੰਦ ਆਵੇ, ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਨਹੀਂ ਦੋਸਤੋ ਭੁੱਲਣਾ। ਔਰ ਬਾਕੀ ਇਹ ਮੇਰੇ ਵੀਰ